ಭೀಮರಾವ್ ಗುಡಿದ ನಾನ ಗುಡಿದ ਕੀ ਵਿਚਾਰ ਹੈ? ਇੱਕ ਮਿੰਟ ਵੀਡੀਓ ਚੱਲਦੀ ਦੇ ਆਇਆ ਇਹਦਾ ਗੱਲ ਕਰਿਓ ਚੱਲ ਕਹੀ ਆਇਆ ਬੜਾ ਦੁਖਦਾ ਵਗ ਗਿਆ ਆਈ ਲਿਆ ਵੀਡੀਓ ਚੱਲਦੀ ਜਾਂਦੀ ਨਾਲ ਚੱਲ ਬੰਦੇ ਨੂੰ ਕੋਈ ਅੱਛਾ ਆਏ ਧਰ ਦੇ ਆਇਆ ਤਾਂ ਚੜ ਗਿਆ ਉਹ ਖਰਚਾ 8 ਲੱਖ ਅਗਲੇ ਦਾ ਹਾਂ ਤੁਸੀਂ ਕਿੰਨੇ ਲੈਣੇ ਆਹ ਗੱਲ ਕਿਵੇਂ ਗੁੱਡੀ ਤੂੰ ਕਹੀ ਅਸੀਂ ਐ ਲੈਣ ਨੂੰ ਫਿਰਦੇ ਜਦੋਂ ਭਾਈ ਦੇ ਦਰਿਆ ਅਰਗੇ ਨੂੰ ਤਨਖਾਹ ਵੀ ਨੀ ਦੇ ਕੇ ਜਾਂਦੇ ਪੂਰੇ ਪੰਜਾਬ ਚ ਮਾਫੀ ਮੰਗੇ ਕੁੜੀਓ ਮਾਫੀ ਮਾਫੀ ਮੰਗੋ ਮਾਫੀ ਕੁੜੀਓ ਮਾਫੀ ਮੰਗੋ ਮਾਫੀ ਮੰਗੋ ਯਾਰ ਮਾਫੀ ਮੰਗੇ ਮਾਫੀ ਮੰਗੋ ਫਿਰ ਮਿਲੇ ਮਰਜੀ ਬੈਠੂ ਮਾਫੀ ਮੰਗੇ ਕੁੜੀ ਮਾਫੀ ਮੰਗੋ ਮਾਫੀ ਮੰਗੋ ਕੁੜੀ ਤੋਂ ਨਾ ਨਾ ਕੁੜੀ ਦਾ ਮੰਗੋ ਕੁੜੀ ਨੇ ਕਿਵੇਂ ਕਿਹਾ ਮਾਫੀ ਮੰਗਾਈ ਨੀ ਅੱਗੇ ਕੁੜੀ ਤੋਂ ਵਿੱਚੋਂ ਕਿੰਨੇ ਲੈਣੇ ਮਾਫੀ ਮੰਗਾਓ ਯਾਰ ਅਸੀਂ ਨੀ ਹਿਲਦੇ ਨਜ਼ਰ ਜਾਂ ਕੁੜੀ ਸਾਬਤ ਕਰੇ ਵੀਡੀਓ ਤੁਸੀਂ ਵਾਇਰਲ ਹੁੰਦੀ ਦੇਖ ਰਹੇ ਹੋ ਬਾਈ ਭਾਨਾ ਸਿੱਧੂ ਸਾਰੀ ਗੱਲਬਾਤ ਬਾਈ ਕਿਵੇਂ ਸਾਰੀ ਕਹਾਣੀ ਵਾਪਰੀ ਜਿਹੜੀ ਉਹ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਇੱਕ ਭਰਾ ਸੀਗਾ ਜਿਹੜਾ ਸਾਡੇ ਸੰਪਰਕ ਸੀਗਾ ਖੁਦਕੁਸ਼ੀ ਉਹ ਕਰਨ ਲੱਗਿਆ ਸੀ ਤਾਂ ਮੈਂ ਨਾਂ ਭੁੱਲ ਗਿਆ ਮੁੰਡੇ ਦਾ ਨਾਂ ਕੀ ਉਹਦਾ ਰਟੋਲਾ ਤੋਂ ਆਪਣਾ ਭਰਾ ਆਇਆ ਉਹਦਾ ਰਿਸ਼ਤੇਦਾਰ ਸੀ ਇਹਦਾ ਮੈਂ ਉਹਦਾ ਰਿਸ਼ਤੇਦਾਰ ਸੀ ਰਟੋਲਾ ਤੋਂ ਤੇ ਉਹ ਮੁੰਡਾ ਸਾਡੇ ਕਾਫੀ ਦਿਨਾਂ ਤੋਂ ਸੰਪਰਕ ਸੀ ਕਹਿੰਦਾ ਬਾਈ ਮੈਂ ਖੁਦਕੁਸ਼ੀ ਕਰਦਾ ਕਹਿੰਦਾ ਮੇਰਾ ਜਿਹੜਾ ਖੂਨ ਪਸੀਨੇ ਦੀ ਕਮਾਈ ਦਾ ਕੀਤਾ 7,26,000 ਰੁਪਇਆ ਜਿਹੜਾ ਉਹ ਏਜੰਟ ਨੇ ਜਿਹੜੇ 3B2 ਦੇ ਵਿੱਚੋਂ ਨਹੀਂ ਮੋੜ ਰਹੇ ਚਲੋ ਅਸੀਂ ਉਹਨੂੰ ਆਪਾਂ ਉਹਨੂੰ ਸਾਰੇ ਭਰਾ ਰਾਜ ਵੀ ਖੜਾ ਲੱਖੇ ਬਾਈ ਕੋਲੇ ਵੀ ਉਹ ਗਿਆ ਅਸੀਂ ਕੀ ਕਰਿਆ ਲੱਖੇ ਬਾਈ ਲੱਖਾ ਬਾਈ ਕਹਿੰਦਾ ਉਹਨੂੰ ਕੋਈ ਖੁਦਕੁਸ਼ੀ ਨਹੀਂ ਕਰਨੀ ਇਹੋ ਜਿਹੀਆਂ ਗੱਲਾਂ ਦਾ ਕਹਿੰਦਾ ਵੀ ਭੀੜਾਂ ਮਰਦਾਂ ਦੀ ਪੈਂਦੀਆਂ ਨੇਗੀਆਂ ਅਸੀਂ ਫਿਰ ਕੀ ਕੀਤਾ ਬਾਈ ਅਸੀਂ ਉਹਦੇ ਜਦੋਂ ਦਫ਼ਤਰ ਦੇ ਵਿੱਚ ਗਏ ਪਹਿਲਾਂ ਤਾਂ ਕਹਿੰਦਾ ਮੈਂ ਪੈਸੇ ਮੇਰੇ ਜੀ ਮਾਤਾ ਦੇ ਦੇਣੀ ਨਹੀਂ ਇਹ ਨਹੀਂ ਕਰਨੇ ਜੋ ਨਹੀਂ ਕਰਨੇ ਫਿਰ ਜਿੰਨੇ ਉਹਦੇ ਪੈਸੇ ਬਣਦੇ ਸੀ ਪਹਿਲਾਂ ਦੇਣੇ ਸੀ ਰਿਹਾ
ਉਹ ਬੰਦੇ ਨੇ ਤੁਹਾਨੂੰ ਮੈਂ ਗੱਲ ਦੱਸਦਾ ਉਹਨਾਂ ਜਿਹੜਾ ਇਮੀਗ੍ਰੇਸ਼ਨ ਦੇ ਵੈਸੇ ਇੱਕ ਦੀ ਘਟਨਾ ਨਹੀਂ ਹੈ ਸਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਖੁੱਲੇ ਹੋਏ ਨੇਗੇ ਇਹ ਠੱਗ ਜਿਹੜੇ ਚੋਰ ਜਿੰਨੇ ਵੀ ਏਜੰਟ ਪੰਜਾਬ ਦੇ ਵਿੱਚ ਠੱਗੀਆਂ ਮਾਰ ਰਹੇ ਨੇ ਇਹਨਾਂ ਚੋਰੀ ਦੇ ਬਿਜ਼ਨਸ ਕੀ ਬਣਾਏ ਹੋਏ ਨੇਗੇ ਇਹਨਾਂ ਨੇ ਇੱਕ ਤਾਂ ਬਾਊਂਸਰ ਰੱਖੇ ਹੋਏ ਨੇਗੇ ਦੂਜੀ ਗੱਲ ਇਹਨਾਂ ਨੇ ਆਪਦਾ ਚੰਗਾ ਸਟਾਫ ਰੱਖਿਆ ਹੋਇਆ ਜੀ ਅਗਲੀ ਗੱਲ ਜਿਹੜੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨਾਲ ਪੂਰੀ ਸੈਟਿੰਗ ਹੁੰਦੀ ਹੈ ਜਦੋਂ ਕੋਈ ਬੰਦਾ ਆਪਦੇ ਆ ਕੇ ਪੈਸੇ ਮੰਗਦਾ ਆਮ ਬੰਦਾ ਫਿਰ ਉਹਨੂੰ ਇਹ ਧਮਕੀਆਂ ਦਿੰਦੇ ਨੇ ਕਿ ਸਾਡੇ ਆਹ ਅਸੀਂ ਇਹ ਤੋਂ ਧਮਕੀਆਂ ਪ੍ਰਸ਼ਾਸਨ ਤੋਂ ਧਮਕੀਆਂ ਦਵਾਉਂਦੇ ਨੇ ਕਿ ਅਸੀਂ ਪਰਚਾ ਦਰਜ ਕਰ ਦਾਂਗੇ ਫਿਰ ਇਹ ਧਮਕੀਆਂ ਦਵਾਉਂਦੇ ਨੇ ਕਿ ਉੱਥੇ ਜਿਹੜੇ ਬਾਊਂਸਰਾਂ ਉਹ ਧਮਕੀਆਂ ਦਵਾਉਂਦੇ ਨੇ ਫਿਰ ਇਹ ਕਹਿੰਦੇ ਨੇ ਸਾਡੇ ਆਹ ਗੈਂਗਸਟਰ ਲਿੰਕ ਨੇ ਅਸੀਂ ਇਹਨਾਂ ਨੂੰ ਧਮਕੀਆਂ ਦਵਾਉਂਦੇ ਨੇਗੇ ਆਮ ਬੰਦੇ ਦੀ ਕੋਈ ਜ਼ਰੂਰਤ ਹੀ ਨਹੀਂ ਪੈਂਦੀ ਕਿ ਉਹਨਾਂ ਤੋਂ ਕੋਈ ਜਾ ਕੇ ਆਪਦੇ ਪੈਸੇ ਮੰਗ ਲਏ ਇਹ ਵੀਡੀਓ ਨੂੰ ਸਾਂਝੀ ਕਰ ਦੇਣਾ ਜਿਹਨਾਂ ਜਿਹਨਾਂ ਦੇ ਨਾਲ ਠੱਗੀਆਂ ਵੱਜੀਆਂ ਨੇਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿਉਂਕਿ ਮੈਂ ਆਪਦੇ ਕੰਮਾਂ ਕਾਰਾਂ 'ਚ ਬਿਜ਼ੀ ਹੁੰਦਾ ਲੱਖੇ ਬਾਈ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਹ ਚੋਰ ਨੇਗੇ ਇਹਨਾਂ ਦਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਪਰਦਾ ਫਾਸ ਕਰੂੰਗਾ ਜਿੰਨੇ ਵੀ ਪੰਜਾਬ ਦੇ ਵਿੱਚ ਪੈਸੇ ਦੱਬੇ ਨੇ ਲੱਖਾਂ ਬਾਈ ਕਹਿੰਦਾ ਆਪਾਂ ਡੰਡੇ ਦੇ ਜ਼ੋਰ ਤਾਂ ਆਪਾਂ ਜਿਹੜੇ ਪੈਸੇ ਉਹ ਵਾਪਸ ਕਰਵਾਵਾਂਗੇ ਪਰ ਜਦੋਂ ਅਸੀਂ ਗਏ ਬੜਾ ਸਾਨੂੰ ਅਵਾ ਤਵਾ ਬੜਾ ਪੁੱਠਾ ਬੋਲੇ ਅਸੀਂ ਮੈਂ ਬਾਈ ਤੋਂ ਬਿਨਾਂ ਉਹਨਾਂ ਨਾਲ ਕੋਈ ਗੱਲ ਨਾ ਕਰੀ ਆਖਰ ਨੂੰ ਜਦੋਂ ਅਸੀਂ ਉਹਨਾਂ ਨਾਲ ਸਿੱਧੇ ਹੋਏ 4.5 ਲੱਖ ਰੁਪਏ 4,40,000 ਰੁਪਏ ਦਾ ਮੈਂ ਤੁਸੀਂ ਚੈੱਕ ਲੈ ਕੇ ਆਇਆ ਉਹਨਾਂ ਨੇ ਸਾਨੂੰ ਚੈੱਕ 4,40,000 ਦਾ ਅਸੀਂ ਉਹਨਾਂ ਤੋਂ ਵਾਪਸ ਕਰਵਾਤਾ ਜਦੋਂ 4,40,000 ਦਾ ਉਹਨਾਂ ਤੋਂ ਚੈੱਕ ਲੈ ਕੇ ਅਸੀਂ ਥੱਲੇ ਆਉਣੇ ਆ 3B2 ਦੇ 3-4 ਬੰਦੇ ਹੋਰ ਖੜੇ ਬਾਈ ਕਹਿੰਦੇ 8-8 ਲਾਉਣ ਵਾਲਾ 1,00,000 ਰੁਪਇਆ ਸਾਡਾ ਵੀ ਹੈ ਇੱਕ ਬੰਦਾ ਸੀਗਾ ਉਹ ਬੰਦਾ ਮੇਰੇ ਕੋਲ ਆ ਕੇ ਰੋ ਪਿਆ ਜਿਹੜੀ ਤੁਸੀਂ ਸ਼ਾਇਦ ਵੀਡੀਓ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਗਾ ਵਾਇਰਲ ਹੁੰਦਾ ਕਹਿੰਦਾ ਵੀ ਮੈਂ ਵੀ ਖੁਦਕੁਸ਼ੀ ਕਰਦਾ ਮੇਰਾ ਵੀ 8,00,000 ਰੁਪਇਆ ਜਦੋਂ ਮੈਂ ਇੱਥੋਂ ਭਾਈ ਨਾਮ ਖਾ ਯਾਰ ਬੰਦੇ ਨੇ ਇੰਨਾ ਦੁਖੀ ਹੋਇਆ ਆ ਕੇ ਮੈਂ ਚੱਲ ਬਾਈ ਤੇਰੀ ਵੀ ਗੱਲ ਕਰ ਲੈਂਦੇ ਹਾਂ ਜਦੋਂ ਅਸੀਂ ਉੱਥੇ ਜਾ ਕੇ ਗੱਲ ਕੀਤੀ ਮੈਂ ਕਿ ਇਹਨਾਂ ਦਾ ਵੀ 8,00,000 ਰੁਪਇਆ ਵੀ ਇਹਦੇ ਕੋਲ ਸਾਰੇ ਸਬੂਤ ਨੇ ਵੀ ਇਹਨਾਂ ਤੁਸੀਂ ਪੈਸੇ ਦਿਓ ਉਹ ਅੱਗੋਂ ਪਤਾ ਕੀ ਕਹਿੰਦੇ ਆਈਆਂ ਉਹਨਾਂ ਨੇ ਕੁੜੀਆਂ ਮੂਹਰੇ ਹੋ ਕੇ ਉਹ ਕਹਿੰਦੇ ਜੀ ਤੁਸੀਂ ਅੱਛਾ ਜੀ ਇਹਨਾਂ ਨੇ ਕਮਿਸ਼ਨ ਫਿਰ ਲੋਕਾਂ ਦਾ ਕਿੰਨਾ ਕਰਿਆ ਹੋਇਆ ਜਿਹੜੇ ਲੋਕ ਸਾਡੇ ਕੋਲੇ ਤੁਸੀਂ ਲੈ ਕੇ ਆ ਰਹੇ ਹੋ ਜਿਹਨਾਂ ਦੇ ਅਸੀਂ ਪੈਸੇ ਦੇਣਾ ਤੁਸੀਂ ਇਹਨਾਂ ਨੇ ਕਮਿਸ਼ਨ ਕਿੰਨਾ ਕੀਤਾ ਹੋਇਆ ਕਿੰਨੇ ਪੈਸੇ ਲੈਣ ਦਾ ਵੀ ਤੁਸੀਂ ਉਹਨਾਂ ਦੇ ਵਿੱਚੋਂ ਕਿੰਨੇ ਪੈਸੇ ਲੈ ਰਹੇ ਹੋ ਅੱਛਾ ਫਿਰ ਤੁਹਾਨੂੰ ਪਤਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਬੰਦਾ ਸੱਚਾ ਹੋਵੇ ਉਹਦੇ ਬੰਦੇ ਦੇ ਐਨ ਗੱਲ ਚੁੱਭਦੀ ਆ ਫਿਰ ਤੁਹਾਨੂੰ ਪਤਾ ਉੱਥੇ ਮੇਰਾ ਪੂਰਾ ਖੂਨ ਗਰਮ ਹੋ ਗਿਆ ਵੀ ਮੈਂ ਕਿਹਾ ਜ਼ਿਆਦਾ ਸਬੂਤ ਪੇਸ਼ ਕਰ ਵੀ ਮੈਂ ਅੱਜ ਤੱਕ ਕਿਸੇ ਤੋਂ ਪੈਸੇ ਲੈਤੇ ਹੁਣ ਲਿਆ ਮੇਰੇ ਕੋਈ ਸਾਹਮਣੇ ਲਿਆ ਸਾਡਾ ਕੋਈ ਇਹੋ ਜਿਹਾ ਕੋਈ ਕੰਮ ਹੀ ਨਹੀਂ ਯਾਰ ਅਸੀਂ ਜਿੰਨੇ ਕੁ ਜੋਗਰੇ ਹੈਗੇ ਆ ਮੈਂ ਕੋਈ ਆਪਦੇ ਆਪ ਨੂੰ ਬਾਹਲਾ ਨਹੀਂ ਸਮਝਦਾ ਹੁੰਦਾ ਜਿੰਨੇ ਕੁ ਜੋਗਰੇ ਹੈਗੇ ਆ ਪੰਜਾਬ ਦੇ ਲੋਕਾਂ ਦੇ ਦਬਲੇ ਕੁਚਲ ਦੇ ਜਿੰਨੇ ਕੁ ਆਵਾਜ਼ ਬਣ ਸਕਦੇ ਆ ਜਿੰਨਾ ਵੀ ਕੋਈ ਪੰਜਾਬ ਲਈ ਕੁਝ ਕਰ ਸਕਦਾ ਉਹਨਾਂ ਕਰਦੇ ਆ ਜੇ ਪ੍ਰਮਾਤਮਾ ਨੇ ਕੋਈ ਇੰਨੀ ਸ਼ਕਤੀ ਬਖਸ਼ੀ ਹੈ ਫਿਰ ਆਹ ਸਾਰੀਆਂ ਗੱਲਾਂ ਘਟਨੀਆਂ ਹੋਈਆਂ ਪਰ ਮੈਂ ਇਹ ਗੱਲ ਉਹ ਮੁੰਡੇ ਨੇ ਆਪਣੇ ਮਾਣ ਨੇ ਵੀਡੀਓ ਚਲਾਤੀ ਮੈਨੂੰ ਇਹ ਸੀਗਾ ਮਹਾਂ ਚਾਰ ਰਹਿਣ ਦੋ ਯਾਰ ਚਲਾਉਣ ਨੂੰ ਉਹ ਲੱਖੇ ਬਾਈ ਨੇ ਕਹਿਤਾ ਕਹਿੰਦਾ ਨਹੀਂ ਯਾਰ ਵੀਡੀਓ ਚਲਾ ਕਹਿੰਦਾ ਇਹਨਾਂ ਦਾ ਕਹਿੰਦਾ ਪੰਜਾਬ ਦੇ ਵਿੱਚ ਇਹਨਾਂ ਨੇ ਠੱਗੀ ਮਾਰਦੇ ਲਾਕੀ ਬੰਨਿਆ ਹੋਇਆ ਉਹ ਵੀਡੀਓ ਚਲਾਤੀ ਪਰ ਮੈਨੂੰ ਗੁੱਸਾ ਇਸ ਚੀਜ਼ ਤੇ ਬਹੁਤ ਚੜਿਆ ਜਿਹੜਾ ਇਹ ਕਹਿੰਦੇ ਸੀ ਵੀ ਤੁਸੀਂ ਕਿੰਨੇ ਪੈਸੇ ਲੈਂਦੇ ਹੋ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਇਹ ਠੱਗਾਂ ਤੋਂ ਬਚੋ ਭਰਾਵੋ ਇਹਨਾਂ ਨੇ ਠੱਗੀਆਂ ਮਾਰ ਕੇ ਉੱਥੇ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਦੇਖੋ ਵੀ ਕਿੰਨਾ ਵੱਡਾ ਜਿਹੜਾ ਉਹਨਾਂ ਦਾ ਖਰਚਾ ਠੱਗੀਆਂ ਨੇ ਠੱਗਾਂ ਨੇ ਕਿੱਡੇ ਕਿੱਡੇ ਤਕੜੇ ਇਹਨਾਂ ਨੇ ਆਹ ਬਣਾਏ ਹੋਏ ਨੇਗੇ ਨੌ ਕੀ ਆ ਉਹਦਾ ਬਾਈ ਯਾਰ ਕੀ ਆ 3B2 ਦੇ ਵਿੱਚ ਮੇਰਾ ਅੰਗਰੇਜ਼ੀ ਚ ਮੈਨੂੰ ਨਾਂ ਨਹੀਂ ਉਹਦਾ ਯਾਦ 10-10 ਬਾਊਂਸਰ ਫਿਰ ਥਾਣੇ ਵਾਲੇ ਜਦੋਂ ਫੋਨ ਕਰਦੇ ਨੇ ਉਹਦੀ ਇੱਕ ਮਿੰਟ ਚ ਆ ਜਾਂਦੇ ਨੇਗੇ 10-10 ਬਾਊਂਸਰ ਤੇ ਜਿਹੜਾ ਉੱਥੇ ਠੱਗ ਸਟਾਫ ਉੱਥੇ ਲਾ ਕੇ ਸੁਰਖੀ ਬਿੰਦੀ ਬਿਠਾ ਕੇ ਕਿੰਨੇ ਕਿੰਨੇ ਠੱਗ ਬਿਠਾਏ ਨੇਗੇ ਇਹਨਾਂ ਠੱਗਾਂ ਤੋਂ ਬਚੋ ਜੇ ਕੋਈ ਜੈਨੂਅਨ ਕੰਮ ਕਰਦਾ ਤਾਂ ਕਰਾ ਲਓ ਨਹੀਂ ਬਾਹਰ ਜਾਏ ਬਣਾ ਕਿਹੜਾ ਤੁਹਾਡਾ ਗੱਡਾ ਖੜਾ ਯਾਰ ਇੱਥੇ ਤੁਸੀਂ 20-20 ਲੱਖ ਰੁਪਇਆ 30-30 ਲੱਖ ਰੁਪਏ ਨਾ ਏਜੰਟਾਂ ਦੇ ਵਿੱਚ ਫਸਾ ਕੇ ਬਹਿ ਜਾਂਦੇ ਹੋ ਯਾਰ ਇਹ ਤੁਹਾਨੂੰ ਕਿੰਨਾ ਤੁਹਾਡੇ ਨਾਲ ਠੱਗੀਆਂ ਮਾਰਦੇ ਨੇਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਮੋਰਚਾ ਚੱਲ ਰਿਹਾ ਇਹਨਾਂ ਦਾ ਪਰਦਾ ਚੰਗੀ ਤਰ੍ਹਾਂ ਫਾਸ ਕਰਾਂਗੇ ਇਹਨਾਂ ਜਿਨ੍ਹਾਂ ਠੱਗੀਆਂ ਨੇ ਠੱਗਾਂ ਮਾਰ ਮਾਰ ਐਡੇ ਵੱਡੇ ਇਹਨਾਂ ਨੇ ਕਾਰੋਬਾਰ ਖੋਲੇ ਨੇਗੇ ਮੈਂ ਇਹਨਾਂ ਦਾ ਚੰਗੀ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਚੁੱਕਾ ਚੌੜ ਕਰਾਂਗੇ।